ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਲੁਧਿਆਣਾ ਵਿਊ ਵੱਲੋਂ ਆਪ ਸਾਰਿਆਂ ਨੂੰ ਬਾਲਾ ਪ੍ਰੀਤਮ ਪਾਤਸ਼ਾਹੀ 8ਵੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਦਸਾਂ ਪਾਤਸ਼ਾਹੀਆਂ ਦੀ ਨਿਰੰਕਾਰੀ ਜੋਤ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 8ਵੀਂ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਸਾਰਕ ਆਯੂ ਪੱਖ ਤੋਂ ਸਭ ਤੋਂ ਛੋਟੀ ਉਮਰ ਦੇ ਸਨ, ਜਿਸ ਕਰਕੇ ਸਿੱਖ ਜਗਤ ਇਹਨਾਂ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ। ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰਦੁਆਰਾ ਸੀਸ ਮਹਿਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਇਆ। ਬਚਪਨ ਵਿੱਚ ਹੀ ਆਪ ਜੀ ਚੌਕੜਾ ਮਾਰ ਕੇ ਬੈਠਦੇ ਅਤੇ ਬਾਣੀ ਦਾ ਪਾਠ ਬੜੇ ਅੰਤਰ ਧਿਆਨ ਹੋ ਕੇ ਸੁਣਦੇ ਸਨ। ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਏ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਈ ਉਪਦੇਸ਼ ਦਿੱਤੇ ਅਤੇ ਇੱਕ ਵੱਡਾ ਦਰਬਾਰ ਲਗਾ ਕੇ ਸ਼ਬਦ ਕੀਰਤਨ ਕਰਵਾਇਆ। 7 ਅਕਤੂਬਰ 1661 ਨੂੰ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੀ ਸੌਂਪਣਾ ਕੀਤੀ ਗਈ। 8ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਅਤੇ ਭਗਤੀ ਵਿੱਚ ਲੀਨ ਹੋ ਜਾਂਦੇ। ਉਪਰੰਤ ਸੰਗਤਾਂ ਵਿੱਚ ਪੁੱਜਦੇ, ਗੁਰਬਾਣੀ ਦਾ ਪਾਠ ਸਰਵਣ ਕਰਦੇ ਅਤੇ ਦਵਾਖਾਨਾ ਪੁੱਜ ਕੇ ਰੋਗੀਆਂ ਦੀਆਂ ਦਵਾਈਆਂ ਆਦਿ ਦਾ ਪ੍ਰਬੰਧ ਕਰਵਾਉਂਦੇ। ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਪਹਿਲਾਂ ਦੀ ਤਰ੍ਹਾਂ ਬੇਅੰਤ ਹੀ ਲੱਗੀਆਂ ਰਹਿੰਦੀਆਂ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਨਾਮ ਸਿਮਰਨ ਕਰਾਉਂਦੇ ਅਤੇ ਪਹਿਲੇ ਸਤਿਗੁਰ ਸਾਹਿਬਾਨਾਂ ਦੀ ਤਰ੍ਹਾਂ ਯੋਧਿਆਂ ਦੇ ਜੰਗੀ ਅਭਿਆਸ ਕਰਾਉਂਦੇ ਅਤੇ ਇਨਾਮ ਦਿੰਦੇ। ਸੰਗਤਾਂ ਨੂੰ ਜਾਤ ਪਾਤ ਅਤੇ ਨਸ਼ਿਆਂ ਦੀ ਬਿਮਾਰੀ ਤੋਂ ਸੁਚੇਤ ਰਹਿਣ ਦਾ ਉਪਦੇਸ਼ ਦਿੰਦੇ, ਜਿਸ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਲਾ ਪ੍ਰੀਤਮ ਦਾ ਗੁਰੂ ਜਸ ਵਧ ਰਿਹਾ ਸੀ, ਜਿਸ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਸੋਚਿਆ ਕਿ ਗੁਰੂ ਘਰ ਦੀ ਇਹ ਮਹਿਮਾ ਜੋ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਇਹਨਾਂ ਵੱਲੋਂ ਫੌਜਾਂ ਅਤੇ ਹਥਿਆਰ ਵੀ ਰੱਖੇ ਜਾ ਰਹੇ ਹਨ, ਕਿਸੇ ਦਿਨ ਇਹ ਉਸਦੀ ਬਾਦਸ਼ਾਹਤ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ। ਉਸਨੇ ਮਿਰਜ਼ਾ ਰਾਜਾ ਜੈ ਸਿੰਘ ਰਾਹੀਂ ਗੁਰੂ ਸਾਹਿਬ ਨੂੰ ਇਹ ਕਹਿ ਕੇ ਦਿੱਲੀ ਬੁਲਵਾਇਆ ਕਿ ਦਿੱਲੀ ਵਿਖੇ ਸੰਗਤਾਂ ਦਰਸ਼ਨ ਦੀਆਂ ਪਿਆਸੀਆਂ ਹਨ ਅਤੇ ਬਾਦਸ਼ਾਹ ਵੀ ਦਰਸ਼ਨ ਕਰਨ ਦਾ ਚਾਹਵਾਨ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮੁਖੀ ਸਿੱਖਾਂ ਤੇ ਸੰਗਤਾਂ ਨਾਲ ਇਹ ਸਲਾਹ ਕੀਤੀ ਕਿ ਜਿੱਥੇ ਸੰਗਤਾਂ ਨੂੰ ਦਰਸ਼ਨ ਦੇਣ ਦੀ ਗੱਲ ਦਾ ਸਵਾਲ ਹੋਵੇ ਉੱਥੇ ਜਾਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹ ਦਿੱਲੀ ਤਾਂ ਜਾਣਗੇ ਪਰ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣਗੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਨੂੰ ਕੂਚ ਕਰਨ ਦੀ ਤਿਆਰੀ ਕਰ ਦਿੱਤੀ। ਕਹਿੰਦੇ ਨੇ ਕਿ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗਦਾ ਕਿ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਚੱਲ ਪਏ ਹਨ ਤਾਂ ਉਹ ਰਸਤੇ ਵਿੱਚ ਹੀ ਉਧਰ ਨੂੰ ਹੋ ਤੁਰਦੀਆਂ। ਇਸ ਪ੍ਰਕਾਰ ਕਾਬੁਲ, ਕਸ਼ਮੀਰ ਅਤੇ ਲਹਿੰਦੇ ਤੋਂ ਆ ਰਹੀਆਂ ਸੰਗਤਾਂ ਰਸਤੇ ਵਿੱਚ ਹੀ ਗੁਰੂ ਸਾਹਿਬ ਦੇ ਨਾਲ ਚੱਲ ਪਈਆਂ। ਇਸ ਤਰ੍ਹਾਂ ਸੰਗਤਾਂ ਦੀ ਵਧਦੀ ਗਿਣਤੀ ਨਾਲ ਗੁਰੂ ਸਾਹਿਬ ਨੂੰ ਕਈ ਜਗ੍ਹਾ ਰੁਕਣਾ ਪੈ ਰਿਹਾ ਸੀ। ਅਖੀਰ ਪੰਜੋਖਰਾ ਅੰਬਾਲਾ ਹਰਿਆਣਾ ਆ ਕੇ ਗੁਰੂ ਸਾਹਿਬ ਨੇ ਰੇਤ ਦੀ ਇੱਕ ਬੁਰਜੀ ਬਣਾ ਕੇ ਸਭ ਨੂੰ ਵਾਪਸ ਜਾਣ ਦਾ ਹੁਕਮ ਦੇ ਦਿੱਤਾ। ਕੇਵਲ ਗਿਣਤੀ ਦੇ ਕੁਝ ਮੁਖੀ ਸਿੰਘ ਅਤੇ ਘਰ ਦਾ ਪਰਿਵਾਰ ਨਾਲ ਰਹਿ ਗਏ ਸਨ। ਇੱਥੇ ਲਾਲ ਚੰਦ ਨਾਮੀ ਪੰਡਿਤ, ਜੋ ਆਪਣੇ ਆਪ ਨੂੰ ਕਾਫੀ ਵਿਦਵਾਨ ਸਮਝਦਾ ਸੀ ਅਤੇ ਹੰਕਾਰ ਨਾਲ ਗ੍ਰਸਿਆ ਹੋਇਆ ਸੀ, ਇਹ ਪੰਡਿਤ ਗੁਰੂ ਸਾਹਿਬ ਦੀ ਛੋਟੀ ਉਮਰ ਵੇਖ ਕੇ
ਗਿਆਨ ਚਰਚਾ ਵਿੱਚ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ ਅਤੇ ਗੀਤਾ ਦੇ ਅਰਥ ਕਰਨ ਦੀ ਵੰਗਾਰ ਪਾਈ। ਪਰ ਜਦੋਂ ਬਾਲਾ ਪ੍ਰੀਤਮ ਜੀ ਨੇ ਉਸੇ ਦੁਆਰਾ ਹੀ ਚੋਣ ਕੀਤੇ ਉਸੇ ਪਿੰਡ ਦੇ ਇੱਕ ਸਿੱਧੇ ਆਦਮੀ ਛੱਜੂ ਝੀਵਰ ਪਾਸੋਂ ਗੀਤਾ ਦੇ ਅਰਥ ਕਰਵਾ ਕੇ ਪੰਡਿਤ ਦੀ ਤਸੱਲੀ ਕਰਵਾ ਦਿੱਤੀ ਤਾਂ ਪੰਡਿਤ ਲਾਲ ਚੰਦ ਸਤਿਗੁਰੂ ਦੇ ਚਰਨਾਂ ਤੇ ਟੈ ਪਿਆ ਅਤੇ ਸਿੱਖ ਬਣਿਆ। ਇਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚ ਦਾ ਉਪਦੇਸ਼ ਦਿੰਦੇ ਹੋਏ ਜਦੋਂ ਦਿੱਲੀ ਆਏ ਤਾਂ ਅੱਜ ਦੇ ਸਮੇਂ 'ਚ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਅਸਥਾਨ ਜਿੱਥੇ ਉਸ ਸਮੇਂ ਰਾਜਾ ਜੈ ਸਿੰਘ ਦਾ ਬੰਗਲਾ ਸੀ ਵਿਖੇ ਆ ਕੇ ਡੇਰਾ ਕੀਤਾ। ਰਾਜਾ ਜੈ ਸਿੰਘ ਬੜੇ ਆਦਰ ਸਤਿਕਾਰ ਨਾਲ ਮਿਲਿਆ ਤੇ ਮੱਥਾ ਟੇਕਿਆ। ਇਸ ਸਥਾਨ ਤੇ ਗੁਰੂ ਸਾਹਿਬ ਦੇ ਆਉਣ ਨਾਲ ਦਿੱਲੀ ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਖਬਰ ਫੈਲ ਗਈ। ਸ਼ਹਿਰ ਤੋਂ ਇਲਾਵਾ ਦੂਰ ਦਰਾਡਿਓ ਵੀ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਲੱਗੀਆਂ। ਸਭ ਤੋਂ ਪਹਿਲਾਂ ਇੱਥੇ ਇੱਕ ਘਟਨਾ ਇਹ ਵਾਪਰੀ ਕਿ ਇੱਕ ਮਰਨ ਕਿਨਾਰੇ ਪਹੁੰਚ ਚੁੱਕੇ ਬੱਚੇ ਦੀ ਮਾਤਾ ਨੇ ਰੋ ਰੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਉਸਦੇ ਪੁੱਤਰ ਤੇ ਕਿਰਪਾ ਦ੍ਰਿਸ਼ਟੀ ਕਰੋ ਤੇ ਬਚਾ ਲਓ। ਗੁਰੂ ਸਾਹਿਬ ਨੇ ਚਰਨ ਪਹੁਲ ਦਿੱਤੀ ਤੇ ਉਹ ਬੱਚਾ ਤੰਦਰੁਸਤ ਹੋ ਗਿਆ ਤੇ ਫਿਰ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਅਤੇ ਵੱਡੇ ਵੱਡੇ ਰੋਗਾਂ ਵਾਲੇ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਤੇ ਨਵੇਂ ਨਰੋਏ ਹੋ ਕੇ ਜਾਂਦੇ। ਗੁਰੂ ਸਾਹਿਬ ਦਾ ਜਸ ਹੋਰ ਵੀ ਵੱਧ ਗਿਆ। ਇਸ ਉਪਰੰਤ ਬਾਦਸ਼ਾਹ ਔਰੰਗਜ਼ੇਬ ਨੇ ਵੀ ਆਪਣਾ ਨੁਮਾਇੰਦਾ ਭੇਜਿਆ ਤਾਂ ਜੋ ਗੁਰੂ ਸਾਹਿਬ ਮੁਲਾਕਾਤ ਦਾ ਸਮਾਂ ਦੇਣ। ਪਰ ਗੁਰੂ ਸਾਹਿਬ ਦਾ ਉੱਤਰ ਸੀ ਕਿ ਉਹ ਤਾਂ ਫਕੀਰ ਹਨ, ਬਾਦਸ਼ਾਹ ਨੂੰ ਉਹਨਾਂ ਨਾਲ ਕੀ ਵਾਹ ਹੈ। ਇਹਨਾਂ ਦਿਨਾਂ ਵਿੱਚ ਹੀ ਦਿੱਲੀ ਵਿੱਚ ਚੇਚਕ ਦੀ ਮਹਾਮਾਰੀ ਫੈਲ ਗਈ ਅਤੇ ਗੁਰੂ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਅਸਥਾਨ ਤੇ ਬੈਠ ਕੇ ਹੀ ਲੋਕਾਂ ਦੇ ਆਤਮਕ, ਮਾਨਸਿਕ ਅਤੇ ਸਰੀਰਕ ਦੁੱਖ ਨਿਵਰਤ ਕਰਦੇ। ਅੱਜ ਵੀ ਸੰਗਤਾਂ ਜਿੱਥੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਂਦੀਆਂ ਹਨ ਉੱਥੇ ਆਪ ਜੀ ਦੀ ਮਹਿਮਾ ਵਿੱਚ ਦਸ਼ਮੇਸ਼ ਪਿਤਾ ਦੇ ਮੁੱਖ ਤੋਂ ਉਚਾਰਨ ਕੀਤੇ ਇਹ ਸ਼ਬਦ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ ਪੜਦੀਆਂ ਨਿਹਾਲੋ ਨਿਹਾਲ ਹੁੰਦੀਆਂ ਹਨ। ਦਿੱਲੀ ਵਿੱਚ ਹੀ ਆਪ ਜੀ ਦੀ ਯਾਦ ਵਿੱਚ ਦੂਸਰਾ ਇਤਿਹਾਸਿਕ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇ ਕ੍ਰਿਸ਼ਨ।